ਮੈਂ ਕੁੜੀਆਂ ਦੀ ਨਾ ਕਦੇ ਗਾਣੇ 'ਚ ਡਿਸਰਿਸਪੈਕਟ ਕੀਤੀ ਹੈ ਜੀ। ਜੇ ਕੋਈ ਕੁੜੀਆਂ 'ਤੇ ਗਾਣਾ ਗਾਇਆ ਵੀ ਆ ਉਹਨਾਂ ਨੂੰ ਮੁੰਡਿਆਂ ਦੇ ਬਰਾਬਰ ਹੱਕ ਦਿੱਤਾ। ਇਹ ਮਤਲਬ ਮੈਂ ਸੋਚਿਆ ਨਹੀਂ ਸੀ, ਮਤਲਬ ਮੈਨੂੰ ਸੀਗਾ ਵੀ ਚੱਲ ਮੁੰਡੇ ਮਾਂਡੇ ਵਧੀਆ ਪਸੰਦ ਕਰਨਗੇ, ਬਟ ਮੈਂ ਕਹਿੰਦਾ ਜਿੰਨਾ ਕੁੜੀਆਂ ਨੇ ਪਸੰਦ ਕਰ ਲਿਆ ਉਹਨਾਂ ਮੁੰਡਿਆਂ ਨੇ ਵੀ ਨਹੀਂ ਪਸੰਦ ਕੀਤਾ ਹੋਣਾ ਜੀ, ਹੈ ਨਾ। ਮਤਲਬ ਇਹ ਰੱਬ ਦਾ ਸ਼ੁਕਰਾਨਾ ਹੈ, ਹੁੰਦਾ ਰਹਿੰਦਾ। ਫੈਨਸ ਰੱਬ ਵਰਗੇ ਆ ਜੀ, ਉਹਨਾਂ ਤੋਂ ਬਿਨਾਂ ਕੋਈ ਵੀ ਆਰਟਿਸਟ ਕਾਸੇ ਜੋਗਾ ਹੈ ਨਹੀਂ, ਹੈ ਨਾ। ਮਤਲਬ ਜੋ ਵੀ ਆ, ਮੁੰਡਾ ਚਾਹੇ ਕੁੜੀ ਹੈ, ਸਾਰੀ ਲਈ ਮੈਂ ਸੋਚਿਆ ਨਹੀਂ ਸੀ, ਕਿਉਂਕਿ ਮੈਂ ਇੱਦਾਂ ਦਾ ਬੰਦਾ, ਮੈਂ ਮੁੰਡਿਆਂ ਮੰਡਿਆਂ 'ਚ ਰਿਹਾ ਹੋਇਆ, ਮੈਂ ਕੁੜੀਆਂ ਕਾਲੀਆਂ ਵਾਲਾ, ਹੈ ਨਾ ਬੰਦਾ। ਤਾਂ ਹੀ ਅੱਜ ਤੱਕ ਨਾ ਮਤਲਬ ਕਦੇ ਸਹੇਲੀ ਨਹੀਂ ਬਣਾਈ। ਸਹੇਲੀ ਵਾਲਾ ਚਲੋ ਤੁਸੀਂ ਖੈਰ ਓਕੇ, ਅਤੇ ਮਤਲਬ ਮੈਂ ਕੁੜੀਆਂ ਜਾਣੀ ਜਿਹੜੇ ਵਾਲੇ ਕੁੜੀਆਂ 'ਚ ਰਹਿਣ, ਇੱਕ ਹੁੰਦੇ ਆ ਨਾ ਮੁੰਡੇ ਵੀ ਕੁੜੀ ਬਾਜੀ ਕਰਨੀ, ਉਹੋ ਜਿਹੇ ਕੰਮ ਨਹੀਂ ਹੈਗੇ, ਹੈ ਨਾ। ਮਤਲਬ ਪਤਾ ਨਹੀਂ ਮੈਨੂੰ ਸ਼ੌਂਕ ਇੱਦਾਂ ਦੇ ਆ ਵੀ ਮਤਲਬ ਥੋੜ੍ਹੇ ਮੁੰਡਿਆਂ ਵਾਲੇ ਗਾਣੇ ਹੋਣ। ਮੈਂ ਕੁੜੀਆਂ ਦੀ ਨਾ ਕਦੇ ਗਾਣੇ 'ਚ ਡਿਸਰਿਸਪੈਕਟ ਕੀਤੀ ਹੈ ਜੀ। ਜੇ ਕੋਈ ਕੁੜੀਆਂ 'ਤੇ ਗਾਣਾ ਗਾਇਆ ਵੀ ਉਹਨਾਂ ਨੂੰ ਮੁੰਡਿਆਂ ਦੇ ਬਰਾਬਰ ਹੱਕ ਦਿੱਤਾ, ਮਤਲਬ। ਬਟ ਮੈਂ ਕੁੜੀਆਂ ਦੇ ਇਹ ਨਹੀਂ ਗਾਇਆ ਹੈਗਾ ਬਈ ਮੈਂ ਬਸ ਤੇਰੇ ਮਗਰ ਮਰ ਗਿਆ ਬਈ, ਬਸ ਮੈਂ ਚੱਕ ਲਾ ਰੱਬਾ। ਕਦੇ ਕੋਈ ਕੁੜੀ ਏਦਾਂ ਦੀ ਫੈਨ ਮਿਲੀ ਹੈ ਜਿਹੜੀ ਮਤਲਬ ਹਾਰਡਕੋਰ ਫੈਨ ਹੋਵੇ, ਬਹੁਤ ਹੀ ਕ੍ਰੇਜ਼ੀ ਹੋਵੇ, ਜਿਸ ਤੋਂ ਬਾਅਦ ਤੁਹਾਨੂੰ ਲੱਗਾ ਕਿ ਯਾਰ ਮਤਲਬ ਕੁੜੀ ਇੰਨੀ ਵੱਡੀ ਫੈਨ ਹੈ ਮੇਰੀ? ਬਹੁਤ ਕੇਸਿਸ ਆ ਜੀ ਹੈਗੇ ਆ। ਵੈਰੀ ਫਰਸਟ ਕੇਸ ਇੱਕ ਦੱਸ ਦਿਓ। ਵੈਰੀ ਫਰਸਟ ਕੇਸ ਹੁਣ ਮੈਨੂੰ ਯਾਦ ਸੱਚੀ ਮਤਲਬ ਇਹ ਕੋਈ ਗੱਲ ਨਹੀਂ। ਲੇਟੈਸਟ ਦੱਸ ਦਿਓ। ਲੇਟੈਸਟ ਮਤਲਬ ਇੱਕ ਮੈਨੂੰ ਸਪੈਸ਼ਲੀ ਕਿਸੇ ਨੇ ਫੋਟੋਆਂ ਭੇਜੀਆਂ ਸੀ, ਹੈ ਨਾ। ਮਤਲਬ ਬਈ ਸਾਰਾ ਕਮਰਾ ਹੀ ਕੁੜੀ ਨੇ ਫੋਟੋਆਂ ਲਾਇਆ, ਮਤਲਬ ਕਮਰੇ 'ਚ ਫੋਟੋਆਂ ਲਾਈਆਂ ਹੋਈਆਂ। ਇਹ ਮਤਲਬ ਉਹਨਾਂ ਨੇ ਮਤਲਬ ਸ਼ਾਇਦ ਕੁੜੀ ਦੀ ਮਦਰ ਸੀਗੀ, ਪਤਾ ਨਹੀਂ ਸ਼ਾਇਦ ਚਾਚੀ ਸੀ, ਹੈ ਨਾ, ਸਮਥਿੰਗ ਲਾਈਕ ਦੈਟ। ਵੀ ਸਾਡੀ ਭਤੀਜੀ ਆ, ਤੇਰੀ ਬਹੁਤ ਵੱਡੀ ਫੈਨ ਆ, ਹੈ ਨਾ। ਮੈਂ ਸ਼ੇਅਰ ਵੀ ਕੀਤੇ ਸੀ, ਮੈਂ ਉਹਨਾਂ ਨਾਲ ਫੋਨ 'ਤੇ ਗੱਲ ਵੀ ਕੀਤੀ ਸੀ, ਲਾਈਕ ਇੱਦਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਬਹੁਤ ਵਧੀਆ ਲੱਗਦਾ ਹੁਣ, ਬਹੁਤ ਮਤਲਬ ਉਦੋਂ ਦਾ ਫਿਰ ਐਂ ਹੁੰਦਾ ਵੀ ਤਾਂ ਵੀ ਓਕੇ। ਪਿਛਲੇ ਸਵਾਲ ਤੋਂ ਇਹ ਤਾਂ ਪਤਾ ਲੱਗ ਗਿਆ ਕਿ ਥੈਂਕਫੁਲ ਕਿਹਦੇ ਲਈ ਹੋ, ਠੀਕ ਹੈ। ਲੇਕਿਨ ਦੂਜਾ ਸਵਾਲ ਵਿੱਚ ਇਹ ਸੀਗਾ ਕਿ ਐਫਰਟਸ ਕਿੰਨੇ ਕੋ ਲਗਾਉਣੇ ਪਏ ਦਿਲਪ੍ਰੀਤ ਆਪਣੀ ਥਾਂ ਬਣਾਉਣ ਦੇ ਵਾਸਤੇ ਇੰਡਸਟਰੀ ਦੇ ਵਿੱਚ? ਐਫਰਟਸ ਮੈਨੂੰ ਬਾਹਲੇ ਜ਼ਿਆਦਾ ਨਹੀਂ ਲਾਉਣੇ ਪਏ, ਹੈ ਨਾ। ਮਤਲਬ ਨਹੀਂ, ਕਈ ਵਾਰ ਹੁੰਦਾ ਬੰਦਾ ਕਹਿੰਦਾ ਯਾਰ ਮੈਂ ਬਹੁਤ ਸਟਰਗਲ ਕੀਤੀ। ਮੈਂ ਜ਼ਿਆਦਾ ਸਟਰਗਲ ਨਹੀਂ ਕੀਤੀ, ਮੈਂ 2013 ਦੇ ਵਿੱਚ ਦੇਸੀ ਗਰੂ ਵਾਲਿਆਂ ਕੋਲ ਆਇਆ ਸੀਗਾ, ਉਦੋਂ ਮੇਰੇ ਵੱਡੇ ਭਾਈ ਦਾ ਵਿਆਹ ਸੀ, ਮੈਂ ਇੰਡੀਆ ਆਇਆ ਸੀ, ਅਤੇ ਮੈਂ ਕਿਹਾ ਬਈ ਮੈਂ ਗਾਣਾ ਕਰਨਾ। ਅਤੇ ਕਹਿੰਦੇ ਅੱਛਾ। ਮੈਂ ਬਹੁਤ ਜਾਣਿਆ ਦੇ, ਕਿਉਂਕਿ ਮੈਂ ਅਤੇ ਜੱਸੀ ਗੱਲ ਅਸੀਂ ਇਕੱਠੇ ਪੜ੍ਹੇ ਹਾਂ ਪੂਰੇ ਇੰਡੀਆ ਸਕੂਲੇ। ਹਾਂਜੀ, ਅਸੀਂ ਇਕੱਠੇ ਭੰਗੜਾ ਪਾਉਂਦੇ ਹੁੰਦੇ ਸੀਗੇ, ਹੈ ਨਾ। ਅਤੇ ਉਦੋਂ ਬਾਅਦ ਮੈਂ ਜੱਸੀ ਤੋਂ ਫੋਨ ਕਰਾਇਆ, ਜੱਸੀ ਵੀਰੇ ਤੋਂ, ਅਤੇ 3-4 ਬੰਦਿਆਂ ਤੋਂ ਹੋਰ। ਇਹਨਾਂ ਨੂੰ ਲੱਗਿਆ ਵੀ ਪਤਾ ਨਹੀਂ ਇੰਨੀਆਂ ਸਿਫਾਰਿਸ਼ਾਂ ਆ ਰਹੀਆਂ ਬੰਦੇ ਦਾ, ਕੋਈ ਬੰਦਾ ਕੋਈ ਪਤਾ ਨਹੀਂ ਗਾਉਣ ਹੋਊਗਾ, ਹੈ ਨਾ। ਇਹ ਕਹਿੰਦੇ ਗਾਉਣਾ ਆਉਂਦਾ? ਮੈਂ ਕਿਹਾ ਹਾਂਜੀ ਮੈਂ ਗਾ ਲੈਂਦਾ ਮਾੜਾ ਮੋਟਾ। ਕਹਿੰਦੇ ਗਾਉਣਾ ਸੁਣਾ, ਮੈਂ ਇਹਨਾਂ ਨੂੰ ਗਾਣਾ ਸੁਣਾਇਆ। ਗੋਲਡੀ ਮੈਨੂੰ ਕਹਿੰਦਾ ਕਹਿੰਦਾ ਐਂ ਕਰ ਫਿਰ ਇਕੱਲਾ ਬਹਿ ਕੇ, ਕਹਿੰਦਾ ਕਹਿੰਦਾ ਸਾਲ ਤੂੰ ਇਕੱਲਾ ਬਹਿ ਕੇ ਗਾ, ਕਹਿੰਦਾ ਫਿਰ ਤੈਨੂੰ ਪਤਾ ਲੱਗੂ ਗਾਉਣਾ ਕਹਿੰਦਾ। ਫਿਰ ਮੈਂ 2014 'ਚ ਇਹਨਾਂ ਕੋਲ ਮੁੜ ਕੇ ਗਿਆ ਜੀ, ਹੈ ਨਾ, ਅਤੇ ਉਦੋਂ ਮੈਂ ਪਹਿਲਾ ਗਾਣਾ ਕੀਤਾ। ਫੋਰ ਮੋਰ ਸੱਚ ਅਪਡੇਟਸ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਓਪਸ ਟੀਵੀ, ਅਤੇ ਨਵੀਂ ਵੀਡੀਓਜ਼ ਲਈ ਨੋਟੀਫਾਈਡ ਰਹਿਣ ਲਈ ਕਾਈਂਡਲੀ ਪ੍ਰੈਸ ਦ ਬੈਲ ਆਈਕਨ।